ਹੋਰ ਆਫਰ ਦੇਣ ਲੱਗੇ ਦੀਵਾਲੀ ਦੇ ਉੱਪਰ ਅੱਛਾ ਸੋਫੇ ਦੇ ਫਰਨੀਚਰ ਦੇ ਕਿਸੇ ਵੀ ਤੁਸੀਂ ਆਰਟੀਕਲ ਨੂੰ ਖਰੀਦ ਸਕਦੇ ਹੋ ਭਾਗ ਫਰਨੀਚਰ ਮਾਰਟ ਅਕਾਲਸਾ ਰੋਡ ਦੇ ਉੱਪਰ ਆ ਕੇ ਸਿਰਫ 799 ਰੁਪਏ ਦੇ ਵਿੱਚ ਵੀਰੇ ਚਾਹੇ ਤੁਸੀਂ ਆਹ ਸੋਫਾ ਖਰੀਦ ਲਓ ਹਾਂ ਚਾਹੇ ਤੁਸੀਂ ਆਹ ਸੋਫਾ ਖਰੀਦ ਲਓ ਚਾਹੇ ਹੋਰ ਸੋਫਾ 10 ਸੀਟਾਂ 11 ਸੀਟਾਂ ਚਾਹੇ ਤੁਸੀਂ ਕੋਈ ਬੈੱਡ ਦੀ ਆਈਟਮ ਖਰੀਦ ਲਓ ਪਰ ਆ ਇੰਨੇ ਸੋਹਣੇ ਸੋਫੇ ਆ ਜਿਹੜੇ ਆ ਜਿਵੇਂ ਇਹਨਾਂ ਲਗਜ਼ਰੀ ਚ ਆ ਗਿਆ ਤੁਹਾਨੂੰ ਰੁਪਿਆ 799 ਦੇਣੇ ਆ ਬਿਲਕੁਲ ਜਦੋਂ ਆਉਣਾ ਮੈਂ ਤੇ ਫਰਨੀਚਰ ਕੋਈ ਲੈਣਾ ਚਾਹ ਕੇ ਬਿਲਕੁਲ ਵੀਰੇ ਕੋਈ ਫਰਨੀਚਰ ਪਰ ਇੱਕ ਕੰਡੀਸ਼ਨ ਦੇ ਵਿੱਚ ਹੋਊਗਾ ਜੀ ਜਿਵੇਂ ਕਿ ਬਜਾਜ ਕਾਰਡ ਦੇ ਉੱਪਰ ਅਵੇਲੇਬਲ ਹੋਊਗਾ ਤੁਹਾਨੂੰ ਈਐਮਆਈ ਕਿਸ਼ਤਾਂ ਬਣ ਜਾਣਗੀਆਂ ਪੂਰੇ ਪੰਜਾਬ ਚ ਤੁਹਾਡਾ ਬਜਾਜ ਕਾਰਡ ਬਣਿਆ ਹੋਇਆ ਤੁਸੀਂ ਕਿਤੋਂ ਵੀ ਆ ਕੇ ਆ ਤਾਂ ਬਜਾਜ ਕਾਰਡ ਲੈ ਕੇ ਆਉਂਦਾ ਈਐਮਆਈ ਦੇ ਉੱਪਰ 799 ਰੁਪਏ ਵਿੱਚ ਕੋਈ ਵੀ ਚੀਜ਼ ਖਰੀਦ ਸਕਦੇ ਹੋ ਬਜਾਜ ਕਾਰਡ ਹੋਣਾ ਚਾਹੀਦਾ 799 ਰੁਪਏ ਕਹਿਣ ਦਾ ਭਾਵ ਆ ਜੇਬ ਚ ਚਾਹੀਦੇ ਆ ਬਿਲਕੁਲ ਜੀ ਭਾਗ ਫਰਨੀਚਰ ਵਾਲਿਆਂ ਨੇ ਉਹੋ ਜਿਹਾ ਮੂੰਗੀ ਰੰਗਾ ਸੋਫਾ ਚਾਹੀਦਾ ਹੋਰ ਕਲੈਕਸ਼ਨ ਮੜੀ ਜੀ ਦਿਖਾ ਦਾਂ ਮੈਂ ਬਹੁਤ ਸਾਰੇ ਕਲੈਕਸ਼ਨ ਪਈ ਆ ਵੀਰੇ ਜਿਵੇਂ ਕਿ ਟਰਕਿਸ਼ ਆਰਟੀਕਲ ਆ ਦੇ ਇਸ ਤਰ੍ਹਾਂ ਸੋਫਾ ਆ ਗਿਆ ਕਿਉਂ ਚੱਕ ਤੇ ਕੋਈ ਫਰਨੀਚਰ ਬੈੱਡ ਲੈ ਜੇ ਸੋਫਾ ਅਲਮਾਰੀ ਕੁਝ ਲੈ ਜੇ ਹਾਂ ਕੋਈ ਵੀ ਸੋਫਾ ਲੈ ਜਾਓ ਵੀਰੇ ਜਿਵੇਂ ਕਿ ਆਹ ਆਰਟੀਕਲ ਦੇਖੋ ਤੁਸੀਂ ਮਾਰਕੀਟ ਤੁਹਾਨੂੰ ਮਿਲਦਾ ਵੀਰੇ 80,000 90,000 ਦੀ ਰੇਂਜ 11 ਸੀਟਾ ਸੋਫਾ ਅਰਬਿਕ ਸਟਾਈਲ ਦੇ ਵਿੱਚ ਟਰਕਿਸ਼ ਸਟਾਈਲ ਦੇ ਵਿੱਚ ਪਿਆ ਸਿਰ ਤੋਂ ਸਿਰ ਤੁਹਾਨੂੰ ਦੇਣਾ ਵੀਰੇ ਜੀ ਆਹ 55,000 ਦੀ ਰੇਂਜ ਅੱਛਾ ਆਹ 55,000 ਦਾ 55,000 ਦਾ ਜੀ ਰਿਸ਼ਤੇਦਾਰ ਆ ਕੇ ਪਹਿਲਾਂ ਘਬਰਾ ਜਾਂਦਾ ਵੀ ਚੀਜ਼ ਪਤਾ ਨਹੀਂ ਕੀ ਰੱਖੀ ਬੈਠੇ ਹਾਂ ਜੀ ਵੀਰੇ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਜਿਵੇਂ ਆਹ ਆਰਟੀਕਲ ਦੇਖ ਲਓ ਵੀਰੇ ਆਹ ਆਰਟੀਕਲ ਆਪਾਂ ਦੇ ਦੇਣਾ ਵੀਰੇ ਤੁਹਾਨੂੰ ਸਿਰ ਤੋਂ ਸਿਰ 50,000 ਦੀ ਰੇਂਜ ਵੀਰੇ ਉਹ ਆ ਬਾਲਾ ਸੋਹਣਾ 11 ਸੀਟਾ ਸੋਫਾ ਨਾਲ ਟੇਬਲ ਤੇ ਗਲਾਸ ਫ੍ਰੀ ਦਵਾਂਗੇ ਵੀਰੇ ਟੇਬਲ ਗਲਾਸ ਸਾਰਾ ਕਿੰਨੇ ਦਾ ਇਹ ਸਾਰਾ ਸਾਰਾ 50,000 ਦੀ ਰੇਂਜ ਵੀਰੇ ਚੱਕ ਕਿਉਂ 50,000 ਰੁਪਏ ਦੇ ਵਿੱਚ ਕੋਟਾਂ ਨਵੇੜਦਾ ਹੈ ਬਿਲਕੁਲ ਜੀ ਉਹ ਵੀ ਸਾਰੀ ਇਸ ਤੋਂ ਬਾਅਦ ਹੋਰ ਬਹੁਤ ਵੈਰਾਈਟੀ ਵੀਰੇ ਕੱਲੀ ਇੱਥੇ ਨਹੀਂ ਆਜੋ ਸਾਰੀ ਜਗ੍ਹਾ ਹੋਰ ਵੀ ਬਹੁਤ ਨਿਕਲ ਰਹੇ ਨੇ ਸੱਚ ਮੈਂ ਹੋਰ ਗੱਲ ਵੀਰੇ ਪੁੱਛ ਲਾਂ ਹਾਂਜੀ ਵੀਰੇ ਜਿਵੇਂ ਇਹੋ ਜਿਹੇ ਡਿਜ਼ਾਈਨ ਅਗਲੇ ਨੂੰ ਪਸੰਦ ਆ ਗਿਆ ਤੇ ਜੇ ਅਗਲਾ ਕਹੇ 7 ਸੀਟਰ ਲੈਣਾ ਜਾਂ ਘੱਟ ਚਾਹੀਦੀਆਂ ਸੀਟਾਂ ਘਟਾ ਦੇਵੇ ਮੈਂ ਤਾਂ ਪਹਿਲੇ ਕਿਹਾ ਵੀਰੇ ਕਸਟਮਰ ਦਾ ਬਜਟ ਲੈ ਕੇ ਆਵੇ ਡਿਜ਼ਾਈਨ ਸਿਲੈਕਟ ਕਰੇ ਜੇ ਤੁਹਾਨੂੰ ਕੋਈ ਲੱਗਦਾ ਕੋਈ ਕਸਟਮਾਈਜ਼ ਕਰਨਾ ਡਿਜ਼ਾਈਨ ਸਾਈਜ਼ ਕਲਰ ਜੋ ਮਰਜ਼ੀ ਕਰਵਾ ਲਓ ਵੀਰੇ ਟੋਟਲੀ ਮੈਨੂਫੈਕਚਰ ਆਪਣੀ ਆਪ ਦੀ ਹੋਊਗੀ ਬਈ ਜੇ ਮੇਰੇ ਰਗਣ ਨੂੰ ਪਸੰਦ ਆ ਗਿਆ ਜ਼ਰੂਰੀ ਨਹੀਂ ਉਹਨੂੰ 50,000 ਵਾਲਾ ਵੱਡਾ ਹੀ ਦੇਣਗੇ ਸਾਰੇ ਪਰਿਵਾਰ ਦੇ ਬਹਿਣ ਵਾਲਾ ਉਹ ਛੋਟਾ ਵੀ ਕਸਟਮਾਈਜ਼ ਕਰ ਦੇਣਗੇ ਬਿਲਕੁਲ ਬਿਲਕੁਲ ਜੀ ਨਹੀਂ ਕਹਿੰਦਾ ਸਭ ਤੋਂ ਸਸਤੀ ਅਲਮਾਰੀ ਵੀ ਦੇ ਦੀ ਤੇ ਚੰਗੀ ਵੀ ਦੇ ਦੀ ਮਾੜੀ ਵੀ ਨਾ ਹੋਵੇ ਸਸਤੀ ਅਲਮਾਰੀ ਜਿਵੇਂ ਫਿਰ ਆ ਆ ਗਈ ਵੀਰੇ ਪਾਰਟੀਕਲ ਬੋਰਡ ਦੇ ਵਿੱਚ ਕੋਣ ਸੇ ਉਹਦੀ 10 ਸਾਲ ਦੀ ਗਾਰੰਟੀ ਹੈ ਇਹਦੇ ਵਿੱਚ ਅੱਛਾ ਠੀਕ ਹੈ ਜੀ 4x7 ਦਾ ਸਾਈਜ਼ ਹੋਊਗਾ ਨਾਲ ਸ਼ੌਕਰ ਵਾਲਾ ਪੀਸ ਆ ਗਿਆ ਡਰੈਸਿੰਗ ਵੀ ਨਾਲ ਆ ਗਈ ਸਟੋਰੇਜ ਵੀ ਨਾਲ ਮਿਲੂਗੀ ਠੀਕ ਹੈ ਜਿਵੇਂ ਕਿ ਆਮ ਇਹ ਸਾਈਜ਼ 11 ਤੋਂ 12,000 ਦੀ ਰੇਂਜ 'ਚ ਮਿਲਦਾ ਵੀਰੇ ਪਰ ਦੀਵਾਲੀ ਆਫਰ 'ਚ ਆਪਾਂ ਨੂੰ ਮਿਲੂਗਾ ਵੀ ਜੀ ਹੱਥ ਕਿ ਨੂੰ ਕੋਈ ਮੰਨ ਕੇ ਚੱਲੋ 9,000 ਦੀ ਰੇਂਜ ਅੱਛਾ 9,000 ਰੁਪਏ ਦੇ ਵਿੱਚ ਆਹ ਅਲਮਾਰੀ ਤੁਹਾਨੂੰ ਮਿਲ ਜਾਣੀ ਆ 10 ਸਾਲ ਦੀ ਕਹਿੰਦੇ ਕੋਈ ਗਾਰੰਟੀ ਆ ਹਾਂ ਇਹਦੇ ਵਿੱਚ ਵੀਰੇ ਇੱਕ ਵੱਡੇ ਸਾਈਜ਼ ਵੀ ਮਿਲ ਜਾਣਗੇ ਜਿਵੇਂ ਆਹ ਪਿਆ ਜੀ ਹਾਂ ਆਹੀ ਮੜਾ ਦਿਖਾਈ ਆਹ ਦੇਖੋ ਵੀਰੇ ਹਾਂ 5x7 ਸਾਈਜ਼ ਆ ਗਿਆ ਜੀ ਆਹ ਤਾਂ ਰੰਗ ਹੀ ਬੜਾ ਪਿਆਰਾ ਯਾਰ ਰੰਗ ਬੜਾ ਸੋਹਣਾ ਇਹਦਾ 5x7 ਦੇ ਸਾਈਜ਼ ਦੇ ਵਿੱਚ ਆ ਵੀਰੇ ਜਿਵੇਂ ਆਮ ਮਾਰਕੀਟ 'ਚ ਇਹ ਕੋਈ 16-17,000 ਦੀ ਰੇਂਜ 'ਚ ਮਿਲਦੀ ਵੀਰੇ ਆਪਾਂ ਨੂੰ ਮਿਲੂਗੀ ਸਿਰਫ ਤੇ ਸਿਰਫ 11.5 ਹਜ਼ਾਰ ਦੀ ਰੇਂਜ 11.5 ਹਜ਼ਾਰ ਚ ਅਲਮਾਰੀ ਤੁਹਾਡੇ ਕੋਲ 5x7 ਸਿਰਫ 11.5 ਹਜ਼ਾਰ ਦੀ ਰੇਂਜ ਤੇ ਜੇ ਅਗਲਾ ਕੋਈ ਕਹੇ ਇੱਕ ਮੈਂ ਤੁਹਾਡੇ ਪ੍ਰੀਮੀਅਮ ਚੀਜ਼ ਕਹਾਂ ਵੀ ਪ੍ਰੀਮੀਅਮ ਅਲਮਾਰੀ ਸਭ ਤੋਂ ਮਹਿੰਗੀ ਤੇ ਬੜੀ ਸੋਹਣੀ ਹੋਵੇ ਜਿਹੜੀ ਉਹ ਕਿਹੜੀ ਹੈ ਫਿਰ ਆ ਚੀਜ਼ ਆ ਗਈ ਵੀਰੇ ਯੂਵੀ ਬੋਰਡ ਅੱਛਾ ਆਹਾ ਹਾਂ ਇਹ ਚ ਕਲਰ ਆਪਸ਼ਨ ਆਪਾਂ ਨੂੰ ਵਾਈਟ ਗ੍ਰੇ ਬ੍ਰਾਊਨ ਕ੍ਰੀਮ ਜਿਹੋ ਜਿਹਾ ਮਰਜ਼ੀ ਲੈ ਲਓ ਐਕਸੈਸਰੀ ਵਗੈਰਾ ਜਿਹੜੇ ਹੋਣਗੇ ਸਾਰੇ ਕਬਜੇ ਵਗੈਰਾ ਵੀ ਇਹ ਸਲੋ ਮੋਸ਼ਨ ਲੱਗੇ ਹੋਣਗੇ ਹਾਂ ਇਹ ਵਿੱਚ ਦੀ ਮੂੰਹ ਦੀ ਨਾ ਸ਼ੀਸ਼ੇ ਵਰਗੀ ਆ ਹਾਂ 7x7 ਸਾਈਜ਼ ਆ ਵੀਰੇ ਇਹਦਾ ਨਾਲ ਡਰੈਸਿੰਗ ਆ ਗਿਆ ਹਾਂ ਠੀਕ ਹੈ ਜੀ ਨਾਲ ਥੱਲੇ ਡਰਾਅ ਆ ਗਿਆ ਜਿਵੇਂ ਕਿ ਆਮ ਅਲਮਾਰੀ ਮਾਰਕੀਟ 'ਚ ਇਹ ਵੀਰੇ 40-45 ਹਜ਼ਾਰ ਦੀ ਰੇਂਜ ਵਿਕਦੀ ਹੈ ਮਾਰਕੀਟ ਦੇ ਵਿੱਚ ਆਪਣੇ ਕੋਲ ਮਿਲੂਗੀ ਭਾਗ ਫਰਨੀਚਰ ਸਿਰਫ ਤੇ ਸਿਰਫ ਵੀਰੇ 24 ਹਜ਼ਾਰ ਦੀ ਰੇਂਜ ਅੱਛਾ ਆ 24 ਹਜ਼ਾਰ 'ਚ ਨਵੇੜਤੀ ਹਾਂ 7 ਫੁੱਟ ਚੌੜੀ ਤੇ 7 ਫੁੱਟ ਉੱਚੀ ਹਾਂ 7 ਫੁੱਟ ਚੌੜੀ 7 ਫੁੱਟ ਉੱਚੀ ਯੂਵੀ ਗੌਨ ਦੇ ਵਿੱਚ ਇੱਕ ਆ ਪਈ ਇੱਧਰ ਇਹ ਵੀ ਮੜੇ ਜਾਂਦਾ ਇਹ ਸਲਾਈਡਰ ਆ ਗਈ ਵੀਰੇ ਅੱਛਾ ਇਹ ਸਲਾਈਡਰ ਆ ਗਈ ਸਲਾਈਡਰ ਆ ਗਈ ਯੂਵੀ ਬੋਰਡ 'ਚ ਬਣੀ ਹੋਈ ਆ ਐਕਸੈਸਰੀ ਵਗੈਰਾ ਵੀ ਬੜੀ ਹਾਰਡ ਲੱਗੀ ਹੋਈ ਤੇ ਸੋਹਣੀ ਲੱਗੀ ਹੋਈ ਆ ਜੀ ਹੈਂਡਲ ਵਗੈਰਾ ਸਾਰੇ ਗੋਲਡਨ ਟੱਚ ਲੱਗੇ ਹੋਏ ਨੇ ਠੀਕ ਆ ਜਿਵੇਂ ਕਿ ਆਹ ਅਲਮਾਰੀ ਆਪਾਂ ਨੂੰ ਮਿਲਦੀ ਵੀਰੇ ਤਕਰੀਬਨ ਕੋਈ 35-40 ਹਜ਼ਾਰ ਦੇ ਵਿੱਚ ਮਿਲਦੀ ਵੀਰੇ ਹਾਂ 50,000 ਦੀ ਤਾਂ 50,000 ਦੇ ਵਿੱਚ ਮਿਲਦੀ ਆਪਣੇ ਕੋਲੇ ਪਾਗ ਫਰਨੀਚਰ ਸਿਰਫ ਤੋਂ ਸਿਰਫ ਇਹ ਮਿਲੂਗੀ ਵੀਰੇ 30,000 ਦੇ ਵਿੱਚ 30,000 ਰੁਪਏ 'ਚ ਮਿਲ ਜੂ ਬਿਲਕੁਲ ਬਿਲਕੁਲ ਵੀਰੇ 30,000 ਦੀ ਰੇਂਜ 30,000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਆਹ ਅਲਮਾਰੀ ਮਿਲ ਜੂਗੀ ਤਾਂ ਹੋਰ ਵੀ ਆਪਣੇ ਕੋਲੇ ਇਧਰ ਕਲੈਕਸ਼ਨ ਪਈ ਮਗਰ ਨੂੰ ਹਾਂ ਜਿਵੇਂ ਆ ਡਰੈਸਿੰਗ ਆ ਗਿਆ ਵੀਰੇ ਅੱਜ ਕੱਲ ਵੈਡਿੰਗ ਸੀਜ਼ਨ ਆਉਣ ਵਾਲਾ ਨਾਲ ਡਰੈਸਿੰਗ ਅਲਮਾਰੀ ਵੀ ਲੋਕ ਮੰਗਦੇ ਨੇ ਵੀ ਡਰੈਸਿੰਗ ਕਮ ਅਲਮਾਰੀ ਬਣ ਜੇ ਜਿਵੇਂ ਹੁਣ ਆਹ ਪੀਸ ਪਿਆ ਡਰੈਸਿੰਗ ਕਮ ਅਲਮਾਰੀ ਆ ਗਈ 6 ਫੁੱਟ ਚੌੜੀ 7 ਫੁੱਟ ਉੱਚੀ ਹੈ ਅੱਛਾ ਇਹਦਾ ਅਲਮਾਰੀ ਮਾਰਕੀਟ 'ਚ 18-19 ਹਜ਼ਾਰ ਰੁਪਏ ਆਉਂਦਾ ਵੀਰੇ ਪਰ ਭਾਗ ਫਰਨੀਚਰ ਤੇ ਮਿਲੂਗੀ ਸਿਰਫ ਸਿਰਫ ਆਪਾਂ ਨੂੰ ਵੀਰੇ 13.5 ਹਜ਼ਾਰ ਰੁਪਏ ਦੀ ਰੇਂਜ 'ਚ ਅੱਛਾ ਆਹ 13.5 ਹਜ਼ਾਰ ਦੀ ਅੱਧੇ ਕਮਰੇ ਜਿੰਨੀ ਅਲਮਾਰੀ ਬਿਲਕੁਲ ਜੀ 13.5 ਹਜ਼ਾਰ ਦੀ ਰੇਂਜ 'ਚ ਅੱਛਾ ਆਹ ਤੁਹਾਡੇ ਕੋਲ ਵੈਰਾਈਟੀ ਆ ਗਈ ਹੋਰ ਰੇਟਾਂ ਦੇ ਵਿੱਚ ਆ ਗਈਆਂ ਬਿਲਕੁਲ ਸਾਰੀ ਚੀਜ਼ ਤੁਹਾਨੂੰ ਮਿਲ ਜੂਗੀ ਐਂ ਪਿੱਛੇ ਨੂੰ ਸਨਾਰੇ ਤੁਰੇ ਜੀ ਉਸ ਤੋਂ ਬਾਅਦ ਫਿਰ ਕਾਹ ਸਾਈਜ਼ ਆ ਗਿਆ ਵੀਰੇ ਅੱਛਾ ਇਹ ਕਿਸੇ ਨੇ ਵੱਡੀ ਅਲਮਾਰੀ ਦੇਖਣੀ ਹੋਵੇ ਜਿਵੇਂ ਘਰਾਂ 'ਚ ਆਪਣੇ ਕਾਬੂਟ ਤਿਆਰ ਹੁੰਦੇ ਆ ਹਾਂ 8 ਫੁੱਟ ਚੌੜਾ ਵੀਰੇ ਆ ਤੇ 7 ਫੁੱਟ ਉੱਚਾ ਜੀ ਸਾਈਜ਼ ਪਾਰਟੀਕਲ ਬੋਰਡ ਦੇ ਵਿੱਚ ਆ ਕੌਣ ਸੌਂਕ ਦੀ ਵੀਰੇ 10 ਸਾਲ ਦੀ ਗਾਰੰਟੀ ਹੋ
ਇਹਦੇ ਵਿੱਚ ਜੇ ਤੁਸੀਂ ਕਹੋਗੇ ਵੀ ਛੋਟਾ ਸਾਈਜ਼ ਦੇਖਣਾ ਇਸੇ ਕਲਰ ਦੇ ਵਿੱਚ ਦੇਖਣਾ ਜਿਵੇਂ ਫਿਰ ਆਹ ਪਿਆ ਮੈਟ ਕਲਰ ਦੇ ਵਿੱਚ 6x7 ਵੇਖਦੇ ਹੋ ਜੇ ਇਹ ਦੇਖਦੇ ਹੋ ਮਾਰਕੀਟ 'ਚ 6x7 ਸਾਈਜ਼ ਆਪਾਂ ਨੂੰ 19-20 ਹਜ਼ਾਰ ਦੀ ਰੇਂਜ 'ਚ ਮਿਲਦਾ ਵੀਰੇ ਆਪਣੇ ਕੋਲ ਮਿਲੂਗਾ ਸਿਰਫ 14,000 ਦੀ ਰੇਂਜ ਵਿੱਚ ਆਹ 14,000 ਰੁਪਏ ਦੇ ਵਿੱਚ ਮਿਲ ਬਿਲਕੁਲ 6x7 ਜੀ ਕਿਉਂ ਲੈ ਵੀ ਅਲਮਾਰੀਆਂ ਦੀਵਾਲੀ ਆ ਰਹੀ ਆ ਆਫਰਾਂ ਲਾਤੀਆਂ ਨੇ ਤਕੜੀਆਂ ਬਿਲਕੁਲ ਇੰਨੇ ਸੋਹਣੇ ਬੈੱਡ ਕੋਲੇ ਲੈ ਤਾਂ ਆਏ ਹੋ ਹੁਣ ਰੇਟ ਮੈਨੂੰ ਮਿਸ ਸੁਣ ਕੇ ਆਏ ਨਾ ਹੋਵੇ ਵੀ ਦੌਰਾ ਪੈਣ ਵਾਲਾ ਹੋ ਜਾਏ ਮੈਨੂੰ ਰੇਟ ਵੱਲੋਂ ਭਾਗ ਫਰੀ 'ਚ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰੂਗਾ ਵੀਰੇ ਪੌਣੀ ਇੰਚੀ ਪਲਾਈ ਦੇ ਵਿੱਚ ਵੱਡਾ ਅੱਛਾ ਆਰਟੀਕਲ ਬਹੁਤ ਚੱਲਿਆ ਹੋਇਆ ਡਿਜ਼ਾਈਨ ਆ ਬਹੁਤ ਪਿਆਰਾ ਅੱਜਕੱਲ ਡਿਮਾਂਡ ਹੈ ਇਸ ਡਿਜ਼ਾਈਨ ਦੀ ਬਹੁਤ ਸੋਹਣਾ ਹਾਂ ਆ ਡਿਮਾਂਡ ਡਿਜ਼ਾਈਨ ਦੇਖ ਕੇ ਦੁਕਾਨਦਾਰ ਕਹਿੰਦਾ ਯਾਰ 35,000 ਦਾ 40,000 ਦਾ ਇਹਦਾ ਰੇਟ ਵਧਾ ਦਿਓ ਡਿਜ਼ਾਈਨ ਬਹੁਤ ਚੱਲ ਗਿਆ ਭਾਗ ਫਰਨੀਚਰ ਕੁਆਲਿਟੀ ਵੀ ਦਊਗਾ ਵੀਰੇ ਡਿਜ਼ਾਈਨ ਵੀ ਦਊਗਾ ਆਹੀ ਬੈੱਡ ਤੁਹਾਨੂੰ ਸਿਰਫ ਤੇ ਸਿਰਫ ਦਵਾਂਗੇ ਵੀਰ ਜੀ ਆਹ 20,000 ਦੀ ਰੇਂਜ ਅੱਛਾ 20,000 ਰੁਪਏ ਦਾ ਬਿਲਕੁਲ ਆ 20,000 ਰੁਪਏ ਜੇ ਮੈਂ 20,000 ਰੁਪਏ ਦਾ ਪੌਣੀ ਇੰਚੀ ਪਲਾਈ ਜਿਹੜੀ ਲੱਕੜ ਵਗੈਰਾ ਹੋਊਗੀ ਡੰਡੇ ਪਾਵੇ ਟਾਲੀ ਦੇ 10 ਸਾਲ ਦੀ ਲੱਕੜ ਦੀ ਵੀਰੇ ਕੌਣ ਸੌਂਗ ਦੀ ਗਾਰੰਟੀ ਹੋਊਗੀ ਜੀ ਆਪਣੀ ਇਹ ਤਾਂ ਵੀਰੇ ਵਿਕ ਗਿਆ ਇਹ ਦੇਖਣ ਵਾਲੇ ਉਹ ਇਹ ਜਿਹਨੇ ਲਾ ਲਿਆ ਫੋਨ ਲਾ ਲਿਆ ਇਹ ਤਾਂ ਗਿਆ ਇਸ ਤੋਂ ਬਾਅਦ ਜਿਵੇਂ ਅੱਜ ਕੱਲ ਲਾਈਟਿੰਗ ਵਾਲੇ ਬੈੱਡ ਆਉਂਦੇ ਨੇ ਇਕੱਲੇ ਇੱਥੇ ਨਹੀਂ ਖੜੇ ਵੀਰੇ ਜਿਵੇਂ ਆਹ ਬੈੱਡ ਵੇਖੋ ਮੂਹਰੇ ਪਿਆ ਆਹ ਮਾਰਕੀਟ ਦੇ ਵਿੱਚ ਤੁਹਾਨੂੰ 23,000-24,000 ਦੀ ਰੇਂਜ 'ਚ ਮਿਲਦਾ ਪੌਣੀ ਇੰਚ ਪਲਾਈ ਲੱਕੜ ਡੰਡੇ ਪਾਵੇ ਟਾਲੀ ਦਾ ਲਾ ਕੇ ਆਪਾਂ ਦੇਣਾ ਵੀਰੇ ਦੀਵਾਲੀ ਆਫਰ 'ਚ ਸਿਰਫ ਤੇ ਸਿਰਫ 17,000 ਦੀ ਰੇਂਜ 'ਚ ਆਹ ਹੋਰ ਘਟ ਗਿਆ 17,000 ਦਾ 17,000 ਦੇ ਚ ਕੱਲਾ ਨਹੀਂ ਆਰਟੀਕਲ ਬਹੁਤ ਆ ਜਿਹੜੀ ਸਾਰੀ ਲੱਗੀ ਪਈ ਵੈਰਾਈਟੀ ਵੀਰੇ ਸਾਰੀ 17,000 ਦੀ ਹੈ ਹਾਏ ਹਾਏ ਅੱਛਾ ਸਾਰੀ 17 ਆ ਵੀ 17 ਦਾ ਆ ਵੀ 17 ਦਾ ਵੀਰੇ ਆ ਦਿਖਾਈ ਸੁਣਿਆ ਰਿਹਾ ਬਾਲਾ ਸੋਹਣਾ ਯਾਰ ਆ ਵੀ 17,000 ਦਾ ਲੈ ਲਾਈਟਾਂ ਵਾਲਾ ਬੈੱਡ 17,000 ਦੇ ਰੁਪਏ ਦੇ ਵਿੱਚ ਤੇ ਇਹਦੀ ਗਾਰੰਟੀ ਵਾਰੰਟੀ ਕੀ ਹੈ 10 ਸਾਲ ਦੀ ਕੌਣ ਸਿਉਂਕ ਦੀ ਗਾਰੰਟੀ ਹੈ ਵੀਰੇ ਦੀ ਚੱਕ ਔਰ ਜਿਹੜੀ ਕੁਆਲਿਟੀ ਮੈਂ ਬੋਲੀ ਆ ਡੰਡੇ ਪਾਵੇ ਟਾਲੀ ਦਾ ਅਗਰ ਨਾ ਹੋਣ ਤੁਸੀਂ ਜਦੋਂ ਮਰਜ਼ੀ ਆ ਕੇ ਚੈੱਕ ਕਰ ਸਕਦੇ ਹੋ ਵਿਜ਼ਿਟ ਕਰਨਾ ਵੀਰੇ ਤੁਸੀਂ ਭਾਗ ਫਰਨੀਚਰ ਅਕਾਲਸਰ ਰੋਡ ਨੇੜੇ ਕੈਂਪ ਕਪੜਾ ਮਾਰਕੀਟ ਦੇ ਵਿੱਚ ਵਿਜ਼ਿਟ ਕਰਨਾ ਵੀਰੇ ਇਹਨਾਂ ਆਫਰਾਂ ਦਾ ਤੁਸੀਂ ਫਾਇਦਾ ਚੱਕਣਾ ਇਹਦੇ 'ਚ ਇੱਕ ਆਰਟੀਕਲ ਦੇਖਿਆ ਵੀ 17,000 ਦੀ ਚੀਜ਼ ਆਹ ਦੇ ਸੱਚ ਲੈ ਆਹ 17,000 ਦੇ ਰੁਪਏ ਦੇ ਵਿੱਚ ਆਹ ਆਰਟੀਕਲ ਇਹਨਾਂ ਸੋਹਣਾ ਮਿਲਣ ਤੁਹਾਨੂੰ ਤੇ ਦੀਵਾਲੀ ਆਫਰਾਂ ਕਰਕੇ ਥੋੜੇ ਜਿਹੇ ਵੱਧ ਡਿਸਕਾਊਂਟ ਚੱਲ ਰਹੇ ਆ ਦੀਵਾਲੀ ਤੱਕ ਜਿਹੜਾ ਮੋਰਚਾ ਮਾਰ ਗਿਆ ਮਾਰ ਗਿਆ 20,000 17,000 ਜਿਹੜਾ ਲਾਈਟਾਂ ਦੇ ਬੈੱਡ ਲੈ ਗਿਆ ਬਿਲਕੁਲ ਤੇ ਬਾਕੀ ਹੋਰ ਵੀ ਤੁਸੀਂ ਜੇ ਤੁਹਾਡੇ ਕੋਲ ਇੰਨੇ ਵੀ ਪੈਸੇ ਹੈ ਨਹੀਂ 20,000 ਰੁਪਇਆ ਜਾਂ 17,000 15,000 ਰੁਪਇਆ ਬੈੱਡ ਲੈਣ ਨੂੰ ਹੈ ਨਹੀਂਗਾ ਤਾਂ ਤੁਸੀਂ 799 ਰੁਪਏ ਤੁਹਾਡੇ ਕੋਲ ਚਾਹੀਦੇ ਤੇ ਬਜਾਜ ਕਾਰਡ ਚਾਹੀਦਾ ਤੁਹਾਨੂੰ ਬੈੱਡ ਚੁਕਾ ਦੇਣਗੇ ਇਹੋ ਜਿਹਾ ਸ਼ਾਹੀ ਬੈੱਡ ਲਾਈਟਾਂ ਜਿਹੜਾ ਸਾਰਾ ਕਮਰਾ ਘੇਰਦਾ ਕਰ ਲਿਓ ਕੰਟੈਕਟ